ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਈਲਰ ਸੈਵਨ 'ਤੇ ਅਤੇ ਲੈ ਕੇ ਹਾਜ਼ਰ ਹੋ ਚੁੱਕਿਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ। ਇਸ ਵੀਡੀਓ ਵਿੱਚ ਗੱਲ ਕਰਾਂਗੇ ਕੈਨੇਡਾ ਸਰਕਾਰ ਵੱਲੋਂ ਜੋ ਨਵੇਂ ਅਪਡੇਟ ਦਿੱਤੇ ਗਏ ਨੇ, ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਜੋ ਮਾਰਕ ਮਿਲਰ ਉਹਨਾਂ ਵੱਲੋਂ ਨਵੇਂ ਬਿਆਨ ਆਏ ਨੇ, ਉਹਨਾਂ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ। ਜੇਕਰ ਚੈਨਲ 'ਤੇ ਨਵੇਂ ਹੋ ਤਾਂ ਛੋਟੀ ਜਿਹੀ ਰਿਕੁਐਸਟ ਹੈ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਜ਼ਰੂਰ ਦਬਾ ਲੈਣਾ, ਕਿਉਂਕਿ ਇੱਦਾਂ ਦੀਆਂ ਅਪਡੇਟਸ ਤੁਹਾਡੇ ਲਈ ਕੈਨੇਡਾ ਸਰਕਾਰ ਵੱਲੋਂ ਕੋਈ ਵੀ ਆਉਂਦੇ ਇਸੇ ਚੈਨਲ 'ਤੇ ਸ਼ੇਅਰ ਕਰਦੇ ਹਾਂ ਤਾਂ ਜ਼ਰੂਰ ਕਰ ਲੈਣਾ। ਤਾਂ ਬਿਨਾਂ ਤੁਹਾਡਾ ਸਮਾਂ ਬਰਬਾਦ ਕੀਤੇ ਚਲੋ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਕੈਨੇਡਾ ਦੇ ਮੰਤਰੀ ਮਾਰਕ ਮਿਲਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਉਸ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਕੈਨੇਡਾ ਵਿੱਚ ਜੋ ਵੀ ਮੁਸੀਬਤਾਂ ਖੜ੍ਹੀਆਂ ਹੋ ਰਹੀਆਂ ਨੇ, ਹਾਊਸਿੰਗ ਕ੍ਰਾਈਸਿਸ ਨੇ, ਚਾਹੇ ਉਹ ਮਹਿੰਗਾਈ ਹੈ, ਉਹਨਾਂ ਦਾ ਜੋ ਜੜ ਹੈ ਉਹ ਇਮੀਗ੍ਰੈਂਟਸ ਨਹੀਂ ਹਨ। ਇਹ ਸਾਰੀਆਂ ਮੁਸ਼ਕਲਾਂ ਇਮੀਗ੍ਰੈਂਟਸ ਨਹੀਂ ਖੜ੍ਹੀਆਂ ਕਰ ਰਹੇ ਹਨ, ਕੈਨੇਡਾ ਵਿੱਚ ਹੋਰ ਵੀ ਫੈਕਟਰ ਨੇ ਜੋ ਇਹਨਾਂ ਮੁਸ਼ਕਲਾਂ ਨੂੰ ਵਾਰ ਵਾਰ ਜੋ ਹੈ ਉਹ ਸਾਹਮਣੇ ਲਿਆ ਰਹੇ ਨੇ। ਤਾਂ ਇਹ ਕਿਤੇ ਨਾ ਕਿਤੇ ਕੈਨੇਡਾ ਸਰਕਾਰ ਵੱਲੋਂ ਲਿਬਰਲ ਪਾਰਟੀ ਵੱਲੋਂ ਜੋ ਹੈ ਉਹ ਇਮੀਗ੍ਰੈਂਟਸ ਦੇ ਹੱਕ ਵਿੱਚ ਆਪਣੇ ਬਿਆਨ ਦਿੱਤੇ ਗਏ ਨੇ ਕਿ ਇਮੀਗ੍ਰੈਂਟਸ ਇਹਨਾਂ ਚੀਜ਼ਾਂ ਲਈ ਜੋ ਇਹਨਾਂ ਮੁਸ਼ਕਲਾਂ ਨੇ ਇਹਨਾਂ ਨੂੰ ਨਹੀਂ ਖੜ੍ਹਾ ਕਰ ਰਹੇ। ਇਹ ਹੋਰ ਵੀ ਜੋ ਫੈਕਟਰ ਨੇ ਉਹਨਾਂ ਕਰਕੇ ਇਹ ਚੀਜ਼ਾਂ ਹੋ ਰਹੀਆਂ ਨੇ। ਕੈਨੇਡਾ ਸਰਕਾਰ ਇਹਨਾਂ ਦਾ ਹੱਲ ਲੱਭ ਰਹੀ ਹੈ, ਟਾਈਮ ਟੂ ਟਾਈਮ ਨਵੀਆਂ ਨੀਤੀਆਂ ਲਿਆ ਰਹੀ ਹੈ, ਪਰ ਕੈਨੇਡਾ ਸਰਕਾਰ ਨੂੰ ਮਜਬੂਰਨ ਜੋ ਹੈ ਉਹ ਇਮੀਗ੍ਰੈਂਟਸ ਦੇ ਖਿਲਾਫ ਥੋੜ੍ਹੇ ਜਿਹੇ ਨਿਰਣੇ ਲੈਣੇ ਪੈ ਰਹੇ ਨੇ। ਕਿਤੇ ਨਾ ਕਿਤੇ ਕੈਨੇਡਾ ਸਰਕਾਰ ਇਮੀਗ੍ਰੈਂਟਸ ਨੂੰ ਚਾਹੁੰਦੀ ਹੈ ਕਿ ਉਹ ਸਾਡੇ ਆਉਣ ਕੈਨੇਡਾ ਵਿੱਚ, ਕਿਉਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਮੀਗ੍ਰੈਂਟਸ ਹੀ ਸਾਨੂੰ ਇਹਨਾਂ ਮੁਸ਼ਕਲਾਂ ਵਿੱਚੋਂ ਕੱਢ ਸਕਦੇ ਆ। ਤਾਂ ਉਹਨਾਂ ਨੇ ਇਹ ਜੋ ਫੈਸਲੇ ਉਹ ਲੈ ਰਹੇ ਨੇ, ਬੈਨ ਲਗਾ ਰਹੇ ਨੇ, ਕੈਪਿੰਗ ਕਰ ਰਹੇ ਨੇ, ਇਹ ਸਾਰਾ ਕੁਝ ਉਹਨਾਂ ਨੂੰ ਮਜਬੂਰਨ ਲੈਣਾ ਪੈ ਰਿਹਾ ਕਿ ਕੈਨੇਡਾ ਦੇ ਹਾਲਾਤ ਸੁਧਰ ਜਾਣ, ਤਾਂ ਕਿ ਜੋ ਉੱਥੇ ਆਲਰੇਡੀ ਰਹਿ ਰਹੇ ਨੇ ਜਾਂ ਜਿਨ੍ਹਾਂ ਨੇ ਫਿਊਚਰ ਇਨ ਫਿਊਚਰ ਜਾਣਾ ਹੈ ਕੈਨੇਡਾ ਵਿੱਚ, ਉਹਨਾਂ ਲਈ ਜੋ ਹਾਲਾਤ ਉਹ ਬਿਹਤਰ ਹੋਣ ਜਦੋਂ ਉਹ ਕੈਨੇਡਾ ਪਹੁੰਚਣ। ਤਾਂ ਕਿ ਇਹ ਇੱਕ ਬਹੁਤ ਵਧੀਆ ਸੰਕੇਤ ਨੇ ਕੈਨੇਡਾ ਸਰਕਾਰ ਵੱਲੋਂ। ਅਤੇ ਦੂਸਰੀ ਗੱਲ ਕਰਦੇ ਹਾਂ ਜੋ ਸਪਾਊਸ ਵਰਕ ਪਰਮਿਟ ਦੇ ਬਾਰੇ। ਜੋ ਵੀ ਜੋ ਬੈਨ ਲੱਗਿਆ ਸੀ, ਉਸ ਤੋਂ ਬਾਅਦ ਵੀ ਜੋ ਜਿਨ੍ਹਾਂ ਨੇ ਫਾਈਲਾਂ ਲਗਾਈਆਂ ਸੀਗੀਆਂ, ਜਿਨ੍ਹਾਂ ਦੇ ਜਨਵਰੀ, ਫਰਵਰੀ, ਮਾਰਚ ਵਿੱਚ, ਅਪ੍ਰੈਲ ਤੱਕ ਵੀ ਜਿਨ੍ਹਾਂ ਨੇ ਫਾਈਲਾਂ ਲਗਾਈਆਂ ਸੀ ਆਪਣੇ ਸਪਾਊਸ ਦੀਆਂ ਸਟੂਡੈਂਟਸ ਨੇ, ਅਤੇ ਉਹਨਾਂ ਦੇ ਵੀਜ਼ੇ ਆ ਰਹੇ ਨੇ। ਵੀਜ਼ੇ ਦੇ ਚਾਂਸ 50-60% ਜੋ ਸਕਸੈਸ ਰੇਟ ਚੱਲ ਰਿਹਾ ਹੈ, ਅਤੇ ਬੈਨ ਤੋਂ ਬਾਅਦ ਵੀ ਬਹੁਤ ਵੱਡੇ ਨੰਬਰ ਨੇ ਕਿ 50-60% ਜੋ ਵੀਜ਼ੇ ਜੋ ਸਪਾਊਸ ਦੇ ਵਰਕ ਪਰਮਿਟ ਦੇ ਆ ਰਹੇ ਨੇ। ਤਾਂ ਇਹ ਵੀ ਕਿਤੇ ਨਾ ਕਿਤੇ ਵਧੀਆ ਚੀਜ਼ ਹੀ ਹੈ। ਹੋਪ ਸੋ ਆਉਣ ਵਾਲੇ ਟਾਈਮ ਵਿੱਚ ਇਹ ਵੀ ਜੋ ਪਰਸੈਂਟੇਜ ਹੈ ਉਹ ਉੱਤੇ ਨੂੰ ਹੀ ਜਾਵੇਗੀ, ਅਤੇ ਕੈਨੇਡਾ ਸਰਕਾਰ ਹੋਰ ਨਵੇਂ ਪਾਥਵੇਸ ਲੱਭੇਗੀ ਤਾਂ ਕਿ ਉਹ ਹੋਰ ਇਮੀਗ੍ਰੈਂਟ ਸੱਦ ਸਕੇ ਅਤੇ ਕੈਨੇਡਾ ਦੀ ਇਕੋਨਮੀ 'ਚ ਵਾਧਾ ਕਰ ਸਕੇ, ਅਤੇ ਜੋ ਵੀ ਇਹ ਮੁਸੀਬਤਾਂ ਖੜ੍ਹੀਆਂ ਹੋ ਰਹੀਆਂ ਨੇ ਉਹਨਾਂ ਦਾ ਹੱਲ ਕੀਤਾ ਜਾ ਸਕੇ। ਤਾਂ ਕਿਤੇ ਨਾ ਕਿਤੇ ਇਹ ਵੀ ਚੰਗੀ ਹੀ ਅਪਡੇਟ ਹੈ। ਤਾਂ ਇਹ ਸੀ ਜੋ ਅਪਡੇਟਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਜ਼ਰੂਰੀ ਸੀਗੀਆਂ। ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰ ਦੇਣਾ। ਕੋਈ ਵੀ ਤੁਹਾਡੀ ਕੁਐਰੀ ਹੈ ਉਹ ਕਮੈਂਟ ਬਾਕਸ ਵਿੱਚ ਸਾਨੂੰ ਦੱਸ ਦੇਣਾ, ਅਸੀਂ ਤੁਹਾਡੇ ਨਾਲ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਜੇਕਰ ਚੈਨਲ 'ਤੇ ਨਵੇਂ ਤਾਂ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਜ਼ਰੂਰ ਦਬਾ ਲੈਣਾ, ਕਿਉਂਕਿ ਉਹਦੇ ਨਾਲ ਤੁਹਾਨੂੰ ਵੀ ਜੋ ਨਵੀਂ ਅਪਡੇਟ ਮਿਲ ਜਾਣਗੀਆਂ, ਸਾਨੂੰ ਮੋਟੀਵੇਸ਼ਨ ਮਿਲੇਗੀ। ਤਾਂ ਜਲਦੀ ਮਿਲਦੇ ਨਵੀਂ ਵੀਡੀਓ ਵਿੱਚ। ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ।